ਹਾਂਜੀ ਤੁਹਾਡਾ ਸਾਰਿਆਂ ਦਾ ਇਸ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਆਪਣਾ ਫਤੂਰੋ ਇੰਟਰਨੈਸ਼ਨਲ। ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਹੈ। ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਚੱਲਦੇ ਹਾਂ ਅੱਜ ਦੀ ਆਪਣੀ ਪਹਿਲੀ ਖ਼ਬਰ ਦੇ ਉੱਪਰ। ਜਿਹੜੀ ਅੱਜ ਦੀ ਆਪਣੀ ਪਹਿਲੀ ਖ਼ਬਰ ਹੈ ਜੀ ਉਹ ਵਿਲ ਮਛੀ ਦੇ ਨਾਲ ਸਬੰਧਤ ਹੈ। ਉਸ ਤੋਂ ਬਾਅਦ ਜਿਹੜੀਆਂ ਹੋਰ ਵੀ ਖ਼ਬਰਾਂ ਦੇ ਉੱਪਰ ਜਾਵਾਂਗੇ। ਸਭ ਤੋਂ ਪਹਿਲਾਂ ਇਸ ਖ਼ਬਰ ਦੇ ਉੱਤੇ ਝਾਤੀ ਮਾਰਦੇ ਹਾਂ। ਹੋਇਆ ਇਸ ਤਰ੍ਹਾਂ ਕਿ ਸਿਡਨੀ ਦੇ ਨੇੜੇ ਆਸਟ੍ਰੇਲੀਆ ਦੇ ਵਿੱਚ ਸਮੁੰਦਰ ਦੇ ਵਿੱਚ ਇੱਕ ਕਿਸ਼ਤੀ ਜਾ ਰਹੀ ਸੀ ਇਸ ਕਿਸ਼ਤੀ ਵਿੱਚ ਦੱਸਿਆ ਗਿਆ ਕਿ ਦੋ ਆਦਮੀ ਸਵਾਰ ਸਨ ਉਹਨਾਂ ਦੋਨਾਂ ਨੇ ਲਾਈਫ ਜੈਕਟ ਪਾਈਆਂ ਸਨ ਜਾਂ ਨਹੀਂ ਪਾਈਆਂ ਇਹਦੇ ਬਾਰੇ ਤਾਂ ਫਿਲਹਾਲ ਜਿਹੜੀ ਜਾਣਕਾਰੀ ਨਹੀਂ ਮਿਲੀ ਹੈ ਪਰੰਤੂ ਘਟਨਾ ਇਹੋ ਜੀ ਹੋਈ ਹੈ ਕਿ ਇੱਕ व्हेल ਮੱਛੀ ਤੁਸੀਂ ਜਾਣਦੇ ਹੋ ਕਿ व्हेल ਮੱਛੀ ਜਿਹੜੀ ਬਹੁਤ ਵੱਡੀ ਮੱਛੀ ਹੁੰਦੀ ਹੈ ਜਿਹੜੀ ਕਿ ਸਮੁੰਦਰੀ ਜਹਾਜ਼ਾਂ ਤੱਕ ਨੂੰ ਅਗਰ ਧੱਕਾ ਮਾਰਦੀ ਹੈ ਤਾਂ ਉਹਨਾਂ ਨੂੰ ਵੀ ਜਿਹੜੀ ਉਲਟਾ ਸਕਦੀ ਹੈ ਜਿਹੜੇ ਛੋਟੇ ਨਾਰਮਲ ਜਹਾਜ਼ ਹੁੰਦੇ ਹਨ ਹੁਣ ਜਿਹੜੀ ਜਾਣਕਾਰੀ ਮਿਲੀ ਹੈ ਸੀਐਨਐਨ ਦੀ ਰਿਪੋਰਟ ਜਿਹੜੀ ਛਵੀ ਹੈ ਇਹ ਜਿਹੜੀ ਘਟਨਾ ਹੋਈ ਹੈ ਜੀ ਆਸਟ੍ਰੇਲੀਆ ਦੇ ਸਿਡਨੀ ਦੇ ਵਿੱਚ ਕੱਲ ਘਟਨਾ ਹੋਈ ਹੈ ਇੱਕ ਕਿਸ਼ਤੀ ਦੇ ਵਿੱਚ ਦੋ ਲੋਕ ਸਵਾਰ ਸਨ ਜਦੋਂ ਕਿ ਵੱਲ ਮੱਛੀ ਨੇ ਉਹਨਾਂ ਨੂੰ ਧੱਕਾ ਮਾਰਿਆ ਜਿਸ ਦੇ ਨਾਲ ਜਿਹੜੀ ਕਿਸ਼ਤੀ ਪਲਟ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਕਿ ਬਚਾਅ ਦਲ ਵਾਲੇ ਬੰਦੇ ਜਿਹੜੇ ਪਹੁੰਚਦੇ ਹਨ ਮੌਕੇ ਤੇ ਦੱਸਿਆ ਉਹਨਾਂ ਨੇ ਕਿ ਜਦੋਂ ਦੋ ਬੰਦੇ ਜਿਹੜੇ ਕਿਸ਼ਤੀ ਦੇ ਨਜ਼ਦੀਕ ਹੀ ਮਿਲੇ ਹਨ ਕਿਸ਼ਤੀ ਜਿਹੜੀ ਬਿਲਕੁਲ ਪਲਟ ਚੁੱਕੀ ਸੀ ਇਹਨਾਂ ਵਿੱਚੋਂ ਇੱਕ ਬੰਦੇ ਦੀ ਜਾਨ ਜਿਹੜੀ ਬਚ ਚੁੱਕੀ ਹੈ ਤੇ ਦੂਜੇ ਦੀ ਜਾਨ ਚਲੀ ਗਈ ਹੈ ਉਸ ਦੀ ਡੈਥ ਹੋ ਚੁੱਕੀ ਹੈ ਹੁਣ ਦੇਖ ਲਈ ਸਭ ਤੋਂ ਪਹਿਲਾਂ ਜਿਹੜਾ 1 ਯੂਰੋ ਦਾ ਅੱਜ ਦਾ ਰੇਟ ਕੀ ਚੱਲ ਰਿਹਾ ਹੈ 1 ਯੂਰੋ ਜਿਹੜਾ ਜਿਹਦੇ ਦਿਨ ਦੇ ਵਿੱਚ 88 ਰੁਪਏ ਦੇ ਉੱਤੇ ਚੱਲ ਰਿਹਾ ਹੈ ਇੰਗਲੈਂਡ ਦਾ 1 ਪਾਉਂਡ 101 ਰੁਪਏ ਤੇ 45 ਪੈਸੇ ਚੱਲ ਰਿਹਾ ਹੈ ਇਸ ਤੋਂ ਲਾਵਾ ਜਿਹੜਾ ਅਮਰੀਕਾ ਦਾ ਡਾਲਰ ਹੈ ਇਸ ਟਾਈਮ ਸਹੀ ਰੇਟ ਦੇ ਉੱਤੇ ਚੱਲ ਰਿਹਾ ਹੈ 83 ਰੁਪਏ 18 ਪੈਸੇ ਤੇ ਇਹਦੇ ਨਾਲ ਹੀ ਤੁਹਾਨੂੰ ਕੈਨੇਡਾ ਦਾ ਡਾਲਰ ਵੀ ਦੱਸ ਦਈਏ 61 ਰੁਪਏ ਵੀ ਪੈਸੇ ਦੇ ਉੱਪਰ ਗੱਲ ਕਰ ਲਈਏ ਇਟਲੀ ਦੀ ਇਟਲੀ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੀ ਨਾਰਮਲ ਤਨਖਾਹ ਲੋਕਾਂ ਨੂੰ ਕਿੰਨੀ ਕੁ ਮਿਲਦੀ ਹੈ ਅੱਜ ਵੀ ਆਪਾਂ ਡੇਰੀਆਂ ਦੀ ਗੱਲ ਨਹੀਂ ਕਰ ਰਹੇ ਹਸਤਾਲੀਆਂ ਦੀ ਗੱਲ ਨਹੀਂ ਕਰ ਰਹੇ ਜਾਂ ਖੇਤੀ ਵਾਲੇ ਕੰਮ ਦੀ ਗੱਲ ਨਹੀਂ ਕਰ ਰਹੇ ਇੱਕ ਨਾਰਮਲ ਜਿੱਦਾਂ ਕੀ 8 ਘੰਟੇ ਵਾਲਾ ਜਿਹੜਾ ਕੰਮ ਹੁੰਦਾ ਹੈ ਉਹ ਕੋਪਰਟਿਵਾ ਦਾ ਵੀ ਹੋ ਸਕਦਾ ਹੈ ਏਜੰਸੀ ਦਾ ਵੀ ਹੋ ਸਕਦਾ ਹੈ ਤੇ ਕਿਸੇ ਅਦਿੱਤੀ ਦੇ ਵਿੱਚ ਵੀ ਦਾ ਵੀ ਹੋ ਸਕਦਾ ਹੈ ਹੁੰਦਾ ਕੀ ਹੈ ਕਿ ਸਟਾਰਟਿੰਗ ਪ੍ਰਾਈਸ ਜਿਹੜੀ ਹੈ ਜੀ ਕੋਈ 80 ਤੇ 13 ਸੈਂਟ ਦਿੰਦਾ ਹੈ ਤੇ ਕੋਈ 80 70 ਸੈਂਟ ਇੱਕ ਇਟਲੀ ਦੇ ਵਿੱਚ ਜੇ ਆਪਾਂ ਮਲਾਂ ਵਾਲੇ ਪਾਸੇ ਦੇਖੀ ਤਾਂ ਜਿਹੜਾ ਤਨਖਾਹ ਹੈ ਜੀ ਤਕਰੀਬਨ 13000 ਤੱਕ ਜਿਹੜਾ ਬੰਦਾ 12-13000 ਜਿਹੜਾ ਚੁੱਕ ਲੈਂਦਾ ਹੈ ਆਰਾਮ ਦੇ ਨਾਲ ਅਗਰ ਉਹ 8 ਘੰਟੇ ਕੰਮ ਕਰਦਾ ਹੈ ਇਸ ਦੇ ਉਲਟ ਜੀ ਆਪਾਂ ਕੈਨੇਡਾ ਦੀ ਗੱਲ ਕਰੀਏ ਕੈਨੇਡਾ ਦੇ ਵਿੱਚ ਜਿਹੜਾ ਇੱਕ ਵਰਕਰ ਹੈ ਫੈਕਟਰੀ ਦੇ ਵਿੱਚ ਕੰਮ ਕਰਨ ਵਾਲਾ ਉਹ ਤਕਰੀਬਨ 25-2600 ਡਾਲਰ ਜਿਹੜਾ ਕੈਨੇਡੀਅਨ ਡਾਲਰ ਚੁੱਕਦਾ ਹੈ ਹੁਣ ਅਸੀਂ ਦੋਨੋਂ ਦੇਸ਼ਾਂ ਦੇ ਵਿੱਚ ਜਿਹੜਾ ਫਰਕ ਵੱਡਾ ਇਹ ਹੈ ਕਿ ਇਟਲੀ ਦੇ ਵਿੱਚ ਜੇ ਕੋਈ ਫੈਕਟਰੀ ਦੇ ਵਿੱਚ ਬੰਦਾ 12-1300 ਰੁਪਈਆ ਵੀ ਚੁੱਕਦਾ ਬੈਸੇ ਤਾਂ ਲੋਕ ਇਸ ਤੋਂ ਵੀ ਜ਼ਿਆਦਾ ਚੁੱਕਦੇ ਹਨ ਤੇ ਜਿਹੜਾ ਉਸ ਨੂੰ ਘਰ ਹੈ ਜੀ ਤਕਰੀਬਨ 5000 ਦੇ ਵਿੱਚ ਘਰ ਵੀ ਇੱਕ ਮਿਲ ਜਾਂਦਾ ਹੈ ਹਣਜੀ ਇਹ ਦੇ ਅਕੋਰਡਿੰਗ ਕੈਨੇਡਾ ਦੇ ਵੀ ਦੇਖੀਏ ਇੱਕ ਫੈਕਟਰੀ ਵਾਲਾ ਬੰਦਾ 2500 ਡਾਲਰ ਚੁੱਕਦਾ ਹੈ ਤੇ ਜੇ ਤੁਸੀਂ ਉੱਥੇ ਘਰ ਹੀ ਲੈਣਾ ਹੈ ਤਾਂ ਘਰ ਤਾਂ ਬਹੁਤ ਦੂਰ ਦੀ ਗੱਲ ਹੈ ਬੇਸਮੈਂਟ ਦੇ ਵਿੱਚ ਜਿਹੜਾ ਕਿਰਾਇਆ ਹੈ ਤਕਰੀਬਨ 1300 ਤੋਂ ਲੈ ਕੇ 1600 ਡਾਲਰ ਜਿਹੜਾ ਚੱਲਦਾ ਹੈ ਬਾਕੀ ਇਟਲੀ ਦੀ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੀ ਕਾਰ ਦੀ ਇੰਸ਼ੋਰੈਂਸ ਹੁੰਦੀ ਹੈ ਜੇ ਕੋਈ ਪਹਿਲੀ ਵਾਰ ਗੱਡੀ ਦਾ ਲਾਇਸੈਂਸ ਕਰਦਾ ਹੈ ਤੇ ਉਸ ਤੋਂ ਬਾਅਦ ਜਦੋਂ ਪਹਿਲੀ ਇੰਸ਼ੋਰੈਂਸ ਕਰਵਾਉਂਦਾ ਹੈ ਤਾਂ ਉਹ ਜ਼ਰੂਰ ਬੰਦੇ ਨੂੰ ਮਹਿੰਗੀ ਪੈਂਦੀ ਹੈ ਤਕਰੀਬਨ 11-1200 ਜਿਹੜਾ ਉਸ ਦਾ ਲੱਗਦਾ ਹੈ ਪਹਿਲੀ ਵਾਰ ਬਾਦ ਵਿੱਚ ਜਿਹੜੀ ਇਹ ਇੰਸ਼ੋਰੈਂਸ ਹੁੰਦੀ ਹੈ ਇਹ ਤਕਰੀਬਨ 400 ਜਾਂ 500 ਯੂਰੋ ਦੇ ਉੱਤੇ ਸਾਲਾਨਾ ਆ ਜਾਂਦੀ ਹੈ ਐਨੂਅਲ ਹੁਣ ਜੇ ਗੱਲ ਕੈਨੇਡਾ ਦੀ ਕਰੀਏ ਤਾਂ ਲਾਇਸੈਂਸ ਕਰਨ ਤੋਂ ਬਾਅਦ ਤਕਰੀਬਨ ਜਿਹੜੀ ਉੱਥੇ ਦੀ ਇੰਸ਼ੋਰੈਂਸ ਹੈ 450 450 ਡਾਲਰ ਜਿਹੜੀ ਪਰ ਮਹੀਨਾ ਚੱਲਦੀ ਹੈ ਇੱਕ ਸਾਲ ਦੀ ਤੁਸੀਂ ਦੇਖੋਗੇ ਤਾਂ ਤਕਰੀਬਨ 5000 ਡਾਲਰ ਦੇ ਆਸ-ਪਾਸ ਤੁਹਾਡੀ ਜਿਹੜੀ ਇੰਸ਼ੋਰੈਂਸ ਹੀ ਚੱਲੀ ਜਾਂਦੀ ਹੈ ਸਟਾਰਟਿੰਗ ਪ੍ਰਾਈਸ ਦੀ ਗੱਲ ਕਰ ਰਹੇ ਹਾਂ ਉਸ ਤੋਂ ਬਾਅਦ ਕੀ ਹੁੰਦਾ ਕਿ 5 ਸਾਲ ਜਿਵੇਂ ਜਿਵੇਂ ਤੁਸੀਂ ਕੋਈ ਗਲਤੀ ਨਹੀਂ ਕਰਦੇ ਸਮਾਂ ਬੀਤਦਾ ਫਿਰ ਇੰਸ਼ੂਰੈਂਸ ਜਿਹੜੀ ਘਟ ਕੇ ਤਕਰੀਬਨ 200 ਸਵਾ 2200 ਡਾਲਰ ਤੱਕ ਆ ਜਾਂਦੀ ਹੈ ਮੰਥਲੀ ਜਿਹਨੂੰ ਆਪਾਂ ਈਅਰਲੀ ਦੇਖੀਏ ਤੇ ਤਕਰੀਬਨ 2500 ਡਾਲਰ ਤੋਂ ਲੈ ਕੇ 3000 ਡਾਲਰ ਦੇ ਆਸ-ਪਾਸ ਹੁਣ ਤੁਸੀਂ ਆਪੇ ਆਈਡੀਆ ਲਗਾ ਸਕਦੇ ਹੋ ਕਿ ਕਿਹੜੇ ਦੇਸ਼ ਦੇ ਵਿੱਚ ਜਿਹੜਾ ਹੈ ਜੀਣਾ ਸੌਖਾ ਹੈ ਬਾਕੀ ਗੱਲ ਕਰ ਲਈਏ ਉਹਨਾਂ ਵੀਰਾਂ ਦੀ ਜਿਨ੍ਹਾਂ ਨੇ OCI ਕਾਰਡ ਲਏ ਹੋਏ ਹਨ ਜਾਂ ਜਿਨ੍ਹਾਂ ਨੇ ਇੰਡੀਆ ਦੇ ਵਿੱਚ ਜਾਣ ਦਾ ਮਨ ਬਣਾਇਆ ਹੈ ਸਵਾਲ ਹੀ ਪੁੱਛਿਆ ਗਿਆ ਹੈ ਕਿ ਇੰਡੀਆ ਦੇ ਵਿੱਚ ਬੰਦਾ OCI ਕਾਰਡ ਦੇ ਉੱਤੇ ਕਿੰਨਾ ਸਮਾਂ ਰਹਿ ਸਕਦਾ ਹੈ ਤੇ ਜੇ ਕਿਸੇ ਦੇ ਵੀਜ਼ਾ ਲੱਗਾ ਹੋਵੇ ਪਾਸਪੋਰਟ ਦੇ ਉੱਪਰ ਇੰਡੀਆ ਦਾ ਤੇ ਉਹ ਮੈਕਸਿਮਮ ਕਿੰਨਾ ਸਮਾਂ ਰਹਿ ਸਕਦਾ ਹੈ ਸਭ ਤੋਂ ਪਹਿਲਾਂ ਜਿਹੜਾ ਜਵਾਬ ਹੈ ਜੀ OCI ਕਾਰਡ ਦੇ ਨਾਲ ਸੰਬੰਧ ਜਿਹੜਾ ਉਸ ਦਾ ਜਵਾਬ ਦੇਵਾਂਗੇ ਜੇ ਤੁਹਾਡੇ ਕੋਲ ਵੀ OCI ਕਾਰਡ ਹੈ ਤੇ ਤੁਸੀਂ ਜਿਹੜਾ ਪੂਰੀ ਜ਼ਿੰਦਗੀ ਹੀ ਇੰਡੀਆ ਦੇ ਵਿੱਚ ਵੀ ਰਹਿ ਸਕਦੇ ਹੋ ਇੱਥੇ ਜਿਹੜੀ ਸ਼ਰਤ ਇਹ ਹੁੰਦੀ ਹੈ ਕਿ ਜੋ ਵੀ ਬੰਦਾ ਇੰਡੀਆ ਦੇ ਵਿੱਚ ਰਹਿਣਾ ਚਾਹੁੰਦਾ ਹੈ ਉਸ ਦੇ ਕੋਲ ਅਗਰ ਨੈਸ਼ਨੈਲਿਟੀ ਇਟਲੀ ਦੀ ਹੈ ਤਾਂ ਉਸ ਦੇ ਕੋਲ ਜਿਹੜਾ ਵੈਲਿਡ ਟਾਲੀਨੋ ਪਾਸਪੋਰਟ ਵੀ ਹੋਣਾ ਚਾਹੀਦਾ ਹੈ ਤੇ ਜਦੋਂ ਜਿਹੜਾ ਉਸ ਦਾ ਪਾਸਪੋਰਟ ਖਤਮ ਹੁੰਦਾ ਹੈ ਤੇ ਜਿਹੜੀ ਇੰਡੀਆ ਦੇ ਵਿੱਚੋਂ ਐਮਬੈਸੀ ਹੈ ਇਟਾਲੀਨ ਐਮਬੈਸੀ ਉਸ ਨੂੰ ਉੱਥੇ ਜਾ ਕੇ ਜਿਹੜਾ ਇਸ ਨੂੰ ਰਿਨਿਊ ਕਰਾਉਣਾ ਪੈਂਦਾ ਹੈ ਬਾਕੀ OCI ਕਾਰਡ ਵਾਲੇ ਵੀ ਜਿਹੜੇ ਹਨ ਜੀ ਇੱਕ ਚੀਜ਼ ਦਾ ਹੋਰ ਖਿਆਲ ਰੱਖਣ ਕਿ ਜੇ ਉਹ ਇੰਡੀਆ ਦੇ ਵਿੱਚ ਸਟੇ ਕਰਦੇ ਨੇ 182 ਦਿਨਾਂ ਤੋਂ ਜ਼ਿਆਦਾ ਤੇ ਫਿਰ ਉਹਨਾਂ ਨੂੰ ਜਿਹੜਾ ਉੱਥੇ ਹੈ ਜੀ ਟੈਕਸ ਵੀ ਪੇ ਕਰਨਾ ਪਏਗਾ ਤੇ ਜਿਹੜੀ ਇਨਕਮ ਟੈਕਸ ਦੀ ਰਿਟਰਨ ਹੈ ਉਹ ਵੀ ਫਾਈਲ ਕਰਨੀ ਪਵੇਗੀ ਬਿਲਕੁਲ ਸੇਮ ਉਸੇ ਤਰ੍ਹਾਂ ਹੈ ਜਿਵੇਂ ਤੁਸੀਂ ਇੰਡੀਆ ਤੋਂ ਜਦੋਂ ਇਟਲੀ ਦੇ ਵਿੱਚ ਆਉਂਦੇ ਹੋ ਤੇ ਇੰਡੀਆ ਦੀ ਨੈਸ਼ਨੈਲਿਟੀ ਤੁਹਾਡੇ ਕੋਲ ਹੁੰਦੀ ਹੈ ਤੇ ਇਟਲੀ ਦੇ ਵਿੱਚ ਤੁਸੀਂ ਆਉਂਦੇ ਹੋ ਕੰਮ ਕਰਨ ਦੇ ਵਾਸਤੇ ਉਸ ਟਾਈਮ ਤੁਹਾਡੇ ਕੋਲ ਇੰਡੀਆ ਦਾ ਪਾਸਪੋਰਟ ਵੀ ਹੁੰਦਾ ਹੈ ਤੇ ਜੋ ਤੁਸੀਂ ਇਟਲੀ ਦੇ ਵਿੱਚ ਕੰਮ ਕਰਦੇ ਹੋ ਤੇ ਤੁਸੀਂ ਇੱਥੇ ਜਿਹੜਾ ਟੈਕਸ ਵੀ ਆਪਣਾ ਭਰਦੇ ਹੋ ਤੇ ਜਿਹੜੀ ਇਨਕਮ ਟੈਕਸ ਦੀ ਰਿਟਰਨ ਹੁੰਦੀ ਹੈ ਜੋ ਉਹ ਵੀ ਫਾਈਲ ਕਰਦੇ ਹੋ ਜਿੱਦਾਂ ਕਿ ਆਪਸੇ ਤੇ ਤਰੰਤਤਾ ਵਗੈਰਾ ਇੰਡੀਆ ਦੇ ਵਿੱਚ ਵੀ ਜਿਹੜੇ ਸੇਮ ਇਹੀ ਨਿਯਮ ਚੱਲਦੇ ਹਨ ਹੁਣ ਇਟਲੀ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਜੀਤਾ ਹੀ ਨਾਸਾ ਲੈਣ ਦੇ ਵਾਸਤੇ 10 ਸਾਲ ਲੱਗਦੇ ਹਨ ਤੇ ਬਹੁਤੇ ਲੋਕਾਂ ਦੇ ਮਨ ਦੇ ਵਿੱਚ خیال ਹੁੰਦਾ ਹੈ ਕਿ ਇੰਡਿੀਆ ਦੇ ਵਿੱਚ ਜਿਹੜੀ ਸਿਟੀਜ਼ਨਸ਼ਿਪ ਹੈ ਜੀ ਬਹੁਤ ਔਖੀ ਮਿਲਦੀ ਹੈ। ਬਹੁਤ ਜ਼ਿਆਦਾ ਜਿਹੜਾ ਸਮਾਂ ਇਸ ਤੇ ਲੱਗਦਾ ਹੈ। ਹੁਣ ਸ਼ਾਇਦ ਤੁਹਾਨੂੰ ਬਾਕੀ ਦੇਸ਼ਾਂ ਦੇ ਬਾਰੇ ਪਤਾ ਹੋਵੇਗਾ ਪਰੰਤੂ ਤੁਹਾਨੂੰ ਇਹ ਨਹੀਂ ਪਤਾ ਹੋਵੇਗਾ ਕਿ ਇੰਡੀਆ ਦੇ ਵਿੱਚ ਅਗਰ ਕੋਈ ਬੰਦਾ ਇੰਡੀਅਨ ਸਿਟੀਜ਼ਨਸ਼ਿਪ ਲੈਣਾ ਚਾਹੁੰਦਾ ਹੈ ਮੰਨ ਲਓ ਸਪੋਜ਼ ਕਰੋ ਕਿ ਕੋਈ ਬਾਹਰਲਾ ਗੋਰਾ ਜਾਂ ਕਿਸੇ ਹੋਰ ਦੇਸ਼ ਦਾ ਬੰਦਾ ਤੇ ਉਸ ਨੂੰ ਇੰਡੀਆ ਦੇ ਵਿੱਚ ਕਿੰਨਾ ਸਮਾਂ ਲੱਗੇਗਾ ਇੰਡੀਆ ਦੀ ਸਿਟੀਜ਼ਨਸ਼ਿਪ ਲੈਣ ਦੇ ਵਾਸਤੇ। ਜਿਹੜਾ ਇਸ ਦਾ ਆਨਸਰ ਹੈ ਜੀ 12 ਸਾਲ। ਮਤਲਬ ਇੰਡੀਆ ਦੀ ਸਿਟੀਜ਼ਨਸ਼ਿਪ ਲੈਣ ਦੇ ਵਾਸਤੇ 12 ਸਾਲ ਲੱਗਦੇ ਹਨ। ਬਾਕੀ ਹੋਰ ਵੀ ਮੈਥਡ ਹੁੰਦੀਆਂ ਜਿੱਦਾਂ ਕਿ ਮੈਰਿਜ ਦਾ ਜਾਂ ਬਾਇ ਬਰਥ ਜਾਂ ਜੇ ਕੋਈ ਆਪਣੇ ਜਿਹੜੇ ਦਾਦੇ-ਬਾਬੇ ਜਿੱਦਾਂ ਕਿ ਉਹਨਾਂ ਦਾ ਕੋਈ ਨਾਤਾ ਇੰਡੀਆ ਦੇ ਨਾਲ ਹੋਵੇ ਜਿੱਦਾਂ ਆਪਾਂ ਗੋਰੀ ਲੋਕਾਂ ਦੀ ਗੱਲ ਕਰ ਰਹੇ ਹਾਂ ਉਹਦੇ ਵਿੱਚ ਜਿਹੜੀ ਸਿਚੁਏਸ਼ਨ ਹੈ ਜੀ ਅਲੱਗ ਹੋ ਜਾਂਦੀ ਹੈ। ਬਾਕੀ ਸਵਾਲ ਪੁੱਛਿਆ ਗਿਆ ਸੀ ਕਿ ਜਿਹਨਾਂ ਲੋਕਾਂ ਦੇ ਕੋਲ ਇੰਡੀਆ ਦਾ ਵੀਜ਼ਾ ਹੁੰਦਾ ਹੈ ਉਹ ਮੈਕਸਿਮਮ ਇੰਡੀਆ ਦੇ ਵਿੱਚ ਕਿੰਨਾ ਸਮਾਂ ਰਹਿ ਸਕਦੇ ਨੇ ਤੇ ਉਹਦਾ ਜਿਹੜਾ ਜਵਾਬ ਹੈ ਜੀ ਮੈਕਸਿਮਮ 180 ਦਿਨ 880 ਦਿਨ ਹੈ ਜੀ ਇੱਕ ਸਾਲ ਦੇ ਵਿੱਚ ਤੇ ਬਾਕੀ ਤੁਸੀਂ ਬਾਏ ਰੋਡ ਵੀ ਇੰਡੀਆ ਦੇ ਵਿੱਚ ਜਿਹੜੀ ਐਂਟਰੀ ਨਹੀਂ ਕਰ ਸਕਦੇ ਤੁਸੀਂ ਅਗਰ ਇੰਡੀਆ ਦਾ ਵੀਜ਼ਾ ਲੈ ਕੇ ਜਾ ਰਹੇ ਹੋ ਤੁਹਾਨੂੰ ਬਾਏ 에ਰ ਹੀ ਜਾਣਾ ਪਵੇਗਾ ਬਾਕੀ ਜਿਹੜੇ ਟਾਲੀਨ ਲੋਕ ਹਨ ਜਿਹੜੇ ਇਟਾਲੀਅਨ ਸਿਟੀਜ਼ਨਸ਼ਿਪ ਲੈ ਚੁੱਕੇ ਹਨ ਜਾਂ ਟਾਲੀਨ ਜਿਹੜੇ ਲੋਕ ਹਨ ਇਥੋਂ ਦੇ ਨਾਗਰਿਕ ਹਨ ਉਹ ਇੰਡੀਆ ਦੇ ਵਿੱਚ ਜਿਉਂ ਜਾਂਦੇ ਹਨ ਜੀ ਇਲੈਕਟ੍ਰੋਨਿਕ ਵੀਜ਼ਾ ਲੈ ਕੇ ਇਸ ਦੀ ਵੈਲਿਡਿਟੀ ਹੁੰਦੀ ਹੈ 1 ਸਾਲ ਦੀ ਜਦੋਂ ਇਸ ਨੂੰ ਇਸ਼ੂ ਕੀਤਾ ਜਾਂਦਾ ਹੈ ਇਵੇਂ ਤੁਸੀਂ ਜਿਹੜੀ ਹੈ ਜੀ ਮਲਟੀਪਲ ਐਂਟਰੀ ਕਰ ਸਕਦੇ ਹੋ ਮਤਲਬ ਬਾਰ-ਬਾਰ ਇੰਡੀਆ ਦੇ ਵਿੱਚ ਜਾ ਸਕਦੇ ਹੋ ਪਰੰਤੂ ਜਿਹੜੀ ਮੈਕਸਿਮਮ ਸਟੇ ਹੈ ਜੀ 90 ਦਿਨ ਤੋਂ ਉੱਪਰ ਤੁਸੀਂ ਨਹੀਂ ਕਰ ਸਕਦੇ ਪਰ ਐਂਟਰੀ ਦੇ ਹਿਸਾਬ ਦੇ ਨਾਲ 90 ਦਿਨ ਤੁਹਾਨੂੰ ਉੱਥੇ ਰਹਿ ਕੇ ਫਿਰ ਜਿਹੜਾ ਵਾਪਸ ਮੁੜਨਾ ਪਵੇਗਾ ਤੇ ਫਿਰ ਤੁਸੀਂ ਬੇਸ਼ੱਕ ਇੱਕ ਦੋ ਦਿਨ ਇਟਲੀ ਦੇ ਵਿੱਚ ਰਹੋ ਤੇ ਫਿਰ ਵਾਪਸ ਇੰਡੀਆ ਦੇ ਵਿੱਚ ਚਲੇ ਜਾਓ 90 ਦਿਨਾਂ ਦੇ ਬਾਅਦ ਤੁਹਾਨੂੰ ਜਿਹੜਾ ਫਿਰ ਵਾਪਸ ਮੁੜਨਾ ਪੈਂਦਾ ਹੈ ਇਸ ਤਰ੍ਹਾਂ ਜਿਹੜਾ ਵੀਜ਼ਾ 1 ਸਾਲ ਦਾ ਹੁੰਦਾ ਤੇ 1 ਸਾਲ ਦੇ ਵਿੱਚ ਤੁਸੀਂ ਜਿੰਨੀਆਂ ਮਰਜ਼ੀ ਐਂਟਰੀਆਂ ਕਰ ਸਕਦੇ ਹੋ ਗੱਲ ਕਰ ਲਈ ਇਟਲੀ ਦੇ ਵਿੱਚ ਰਹਿਣ ਵਾਲੇ ਉਹਨਾਂ ਲੋਕਾਂ ਦੇ ਵਾਸਤੇ ਜਿਨ੍ਹਾਂ ਨੇ ਅਜੇ ਤੱਕ E2 ਦਾ ਜਿਹੜਾ ਪੇਪਰ ਹੈ ਜੀ ਨਹੀਂ ਦਿੱਤਾ ਬਹੁਤੇ ਵੀ ਇਟਲੀ ਦੇ ਵਿੱਚ ਇਸ ਤਰ੍ਹਾਂ ਦੇ ਵੀ ਹਨ ਜਿਨ੍ਹਾਂ ਨੂੰ ਇਟਲੀ ਦੇ ਵਿੱਚ ਆਇਆ ਕਾਫੀ ਸਮਾਂ ਹੋ ਗਿਆ ਤੇ ਅਜੇ ਤੱਕ ਜਿਹੜੀ ਉਹਨਾਂ ਨੇ ਕਾਰਤਾ ਦੀ ਸਜ਼ੂਰ ਨੂੰ ਵੀ ਪ੍ਰਾਪਤ ਨਹੀਂ ਕੀਤੀ ਇੱਥੇ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਜਿਹੜਾ ਹੈ ਜੀ ਕਾਰਤਾ ਦੀ ਸਜ਼ੂਰ ਨੂੰ ਲੈਣ ਦੇ ਵਾਸਤੇ E2 ਦਾ ਜਿਹੜਾ ਲੈਵਲ ਹੈ ਜੀ ਤੁਹਾਨੂੰ ਪਾਰ ਕਰਨਾ ਪੈਂਦਾ ਹੈ ਜਿਸ ਨੂੰ ਆਦੂਏ ਵੀ ਕਹਿੰਦੇ ਹਾਂ E2 ਬਹੁਤੇ ਵੀ ਕੰਨ ਦੇ ਦੁੱਖੋਂ ਕੀ ਕਰਦੇ ਹਨ ਕਿ ਉਹ ਕਹਿੰਦੇ ਹਨ ਕਿ ਕਾਰਤਾ ਸਜੂਰ ਨੂੰ ਨਹੀਂ ਲੈਣੀ ਦੂਜੀ ਪਰਮੈਸੋ ਦੀ ਸਜੂਰ ਨੂੰ ਫਿਰ ਠੀਕ ਹੈ ਪਰੰਤੂ ਜਿਵੇਂ ਜਿਵੇਂ ਸਮਾਂ ਬੀਤਦਾ ਰਹੀ ਜਾਂਦਾ ਹੈ ਜਦੋਂ 10 ਸਾਲ ਦਾ ਹੋ ਜਾਂਦਾ ਹੈ ਤਾਂ ਫਿਰ ਲੋਕੀ ਕਰਦੇ ਹਨ ਕਿ ਚੀਤਾ ਦੀ ਨਾਸਾ ਦੇ ਬਾਰੇ ਸੋਚਣਾ ਸ਼ੁਰੂ ਕਰਦੇ ਨੇ ਕਿ ਉਹਨਾਂ ਸਿਟੀਜ਼ਨਸ਼ਿਪ ਜਿਹੜੀ ਅਪਲਾਈ ਕੀਤੀ ਜਾਵੇ ਪਰੰਤੂ ਜਿਹੜੇ ਲੋਕਾਂ ਨੇ ਪਹਿਲਾਂ ਪਰਮੈਸੋ ਦੀ ਸਜੂਰਨ ਤੋਂ ਬਾਅਦ ਜਿਹੜੀ ਕਾਰਤਾ ਦੀ ਸਜੂਰਨ ਨੂੰ ਨਹੀਂ ਲਈ ਨਵੇਂ ਹਿਸਾਬ ਦੇ ਨਾਲ ਜਿਸ ਦੇ ਵਿੱਚ ਕੀ ਪੇਪਰ ਦੇਣਾ ਪੈਂਦਾ ਹੈ ਆਦੂਏ ਦਾ ਪੇਪਰ ਉਹਨਾਂ ਦੇ ਵਾਸਤੇ ਬੈਡ ਨਿਊਜ਼ ਇਹੀ ਹੈ ਕਿ ਅਗਰ ਤੁਸੀਂ ਸਿਟੀਜ਼ਨਸ਼ਿਪ ਦੇ ਵਾਸਤੇ ਬਾਅਦ ਵਿੱਚ ਅਪਲਾਈ ਕਰਦੇ ਹੋ ਪਰ ਮੈਸਰ ਦੀ ਸਜੂਰ ਨੂੰ ਦੇ ਨਾਲ ਤੇ ਉਸ ਟਾਈਮ ਜਿਹੜਾ ਉਹਨਾਂ ਨੂੰ B1 ਦਾ ਪੇਪਰ ਦੇਣਾ ਪਵੇਗਾ ਜਿਹੜਾ ਕਿ ਉਸ ਤੋਂ ਵੀ ਜ਼ਿਆਦਾ ਟਫ ਹੈ। ਸੋ ਇਸ ਪੇਪਰ ਤੋਂ ਬਚਣ ਦੇ ਵਾਸਤੇ ਇਸ ਮੁਸ਼ਕਲ ਪੇਪਰ ਨੂੰ ਕਰਨ ਦੀ ਥਾਂ ਦੇ ਉੱਤੇ ਤੁਸੀਂ ਕੀ ਕਰ ਸਕਦੇ ਹੋ ਕਿ A2 ਦਾ ਜਿਹੜਾ ਪੇਪਰ ਹੈ ਜੀ ਆਦੂਏ ਜਿਸ ਨੂੰ ਕਹਿੰਦੇ ਹੋ ਇਸ ਦਾ ਪੇਪਰ ਜ਼ਰੂਰ ਦਿਵੋ ਤੇ ਅਗਰ ਤੁਸੀਂ ਪਾਸ ਹੁੰਦੇ ਹੋ ਉਤੋਂ ਜਿਹੜੀ ਘਰਤਾ ਹੈ ਸੀ ਜੋ ਨੂੰ ਵਾਸਤੇ ਅਪਲਾਈ ਕਰੋ। ਇਹ ਜਿਹੜੀ ਗੱਲ ਉਹਨਾਂ ਸਾਰੇ ਵੀਰਾਂ ਦੇ ਵਾਸਤੇ ਜ਼ਰੂਰੀ ਹੈ ਜਿਹੜੇ ਇਟਲੀ ਦੇ ਵਿੱਚ ਰਹਿੰਦੇ ਹਨ ਤੇ ਜਿਨ੍ਹਾਂ ਨੇ ਮਨ ਬਣਾਇਆ ਹੈ ਕਿ ਘਰ ਤਾਂ ਨਹੀਂ ਲੈਣੀ ਕਿਉਂਕਿ ਪੀਪਰ ਦੇਣਾ ਪੈਂਦਾ ਹੈ ਨਹੀਂ ਤਾਂ ਬਾਅਦ ਵਿੱਚ ਜਿਹੜੀ ਦਿੱਕਤ ਹੈ ਜੀ ਹੋਰ ਜ਼ਿਆਦਾ ਵੱਧ ਸਕਦੀ ਹੈ ਬਾਕੀ ਇਸ ਤੋਂ ਇਲਾਵਾ ਇਟਲੀ ਦੇ ਵਿੱਚ ਜਿਹੜਾ ਲਾਇਸੈਂਸ ਕਰਨਾ ਬਹੁਤ ਜ਼ਿਆਦਾ ਔਖਾ ਹੁੰਦਾ ਹੈ ਜਿਹੜਾ ਇੱਕ ਵਾਰ ਇਟਲੀ ਦੇ ਵਿੱਚ ਲਾਇਸੈਂਸ ਕਰ ਲੈਂਦਾ ਹੈ ਫਿਰ ਕੋਈ ਵੀ ਇਹੋ ਜਿਹਾ ਨਿਸ਼ਾਨ ਜਾਂ ਕੋਈ ਵੀ ਇਹੋ ਜਿਹੀ ਚੀਜ਼ਾਂ ਜਾਂ ਸਿਗਨਲ ਨਹੀਂ ਰਹਿੰਦੇ ਨਹੀਂ ਬਚਦੇ ਜਿਨ੍ਹਾਂ ਦੇ ਬਾਰੇ ਉਸ ਬੰਦੇ ਨੂੰ ਜਾਣਕਾਰੀ ਨਹੀਂ ਹੁੰਦੀ ਕਿਉਂਕਿ ਪੇਪਰ ਦੇ ਵਿੱਚ ਸਵਾਲ ਹੀ ਬਹੁਤ ਜ਼ਿਆਦਾ ਹੁੰਦੇ ਨੇ तकरीबन 8000 ਦੇ ਕਰੀਬ ਜਿਹੜਾ ਸਵਾਲ ਆਉਂਦਾ ਹੈ ਤੇ ਬੰਦੇ ਨੂੰ ਜਿਹੜਾ ਬਹੁਤ ਚੰਗੀ ਤਰ੍ਹਾਂ ਦੇ ਨਾਲ ਜਿਹੜੀ ਹਰ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਇੱਥੋਂ ਤੱਕ ਜਿਹੜੇ ਟਾਇਰਾਂ ਦੇ ਉੱਪਰ ਨੰਬਰ ਹੁੰਦੇ ਹਨ ਉਹ ਵੀ ਬੰਦੇ ਨੂੰ ਸਮਝਾਏ ਜਾਂਦੇ ਹਨ ਕਿ ਇਹਨਾਂ ਦਾ ਕੀ ਮਤਲਬ ਹੁੰਦਾ ਹੈ ਹੁਣ ਤੁਸੀਂ ਇੱਕ ਡਰਾਈਵਰ ਜਿਹੜਾ ਕਿ ਇੰਡੀਆ ਦੇ ਵਿੱਚ ਗੱਡੀ ਚਲਾਉਂਦਾ ਹੈ ਉਸ ਨੂੰ ਤੁਸੀਂ ਕੁਝ ਨਿਸ਼ਾਨਾ ਬਾਰੇ ਪੁੱਛੋਗੇ ਤੇ ਉਸ ਨੂੰ ਹੋ ਸਕਦਾ ਹੈ ਕਿ ਬਹੁਤੇ ਨਿਸ਼ਾਨਾ ਦੇ ਬਾਰੇ ਜਾਣਕਾਰੀ ਹੀ ਨਾ ਹੋਵੇ ਬਾਕੀ ਗੱਲ ਕਰ ਲਈ ਉਹਨਾਂ ਵੀਰਾਂ ਦੇ ਵਾਸਤੇ ਜਿਹੜੇ ਇਟਲੀ ਦੇ ਵਿੱਚ ਆਉਣਾ ਚਾਹੁੰਦੇ ਹਨ ਕਿਹੜੇ ਪੇਪਰਾਂ ਦੇ ਉੱਤੇ ਇਟਲੀ ਆਉਣਾ ਠੀਕ ਹੈ 9 ਮਹੀਨੇ ਵਾਲੇ ਜਿਹੜੇ ਪੇਪਰ ਹਨ ਉਹਨਾਂ ਦੇ ਉੱਤੇ ਤੁਸੀਂ ਅਗਰ ਨਾ ਹੀ ਇਟਲੀ ਦੇ ਵਿੱਚ ਐਂਟਰੀ ਕਰੋ ਤਾਂ ਚੰਗੀ ਗੱਲ ਹੈ ਇਟਲੀ ਦੇ ਵਿੱਚ ਆਉਣਾ ਹੈ ਜੀ ਜਿਹੜੇ ਪੇਪਰ ਜਿਹੜੇ ਪਰਮਨੈਂਟ ਪੇਪਰ ਉਹਨਾਂ ਦੇ ਉੱਤੇ ਹੀ ਐਂਟਰੀ ਕਰੋ ਬੇਸ਼ੱਕ ਥੋੜੇ ਪੇਪਰ ਮਹਿੰਗੇ ਪੈ ਜਾਣ ਪਰantu ਜਿੱਦਾਂ ਸਿਆਣੇ ਕਹਿੰਦੇ ਨੇ ਕਿ ਸਿਆਜ ਪੱਕੇ ਸੋ ਮਿੱਠਾ ਹੋਏ ਮਤਲਬ ਬੇਸ਼ੱਕ ਥੋੜਾ ਟਾਈਮ ਜ਼ਿਆਦਾ ਲੱਗ ਜਾਵੇ ਅਗਰ ਵੀਟ ਵੀ ਕਰਨੀ ਪਵੇ ਤਾਂ ਪੇਪਰ ਜਿਹੜੇ ਪੱਕਿਆਂ ਦੇ ਉੱਤੇ ਹੀ ਆਉ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਨੈਕਸਟ ਵੀਡੀਓ ਲੈ ਕੇ ਫਿਰ ਮਿਲਦੇ ਹਾਂ ਜੀ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ